ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਇੰਡੀਆ ਚ ਆਸਮਾਨ ਦੇ ਵਿੱਚ ਉੱਡ ਰਹੇ ਜਹਾਜ਼ ਦਾ ਇੰਜਨ ਹੋਇਆ ਫੇਲ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਇੰਡੀਆ ਦੇ ਵਿੱਚ ਸਮਾਗੜ ਰਹੇ ਜਹਾਜ਼ ਦਾ ਇੰਜਨ ਫੇਲ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ 에ਅਰ ਅਰੇਬੀਆ ਦਾ ਹਵਾਈ ਜਹਾਜ਼ ਉਸ ਸਮੇਂ ਵਾਲ-ਵਾਲ ਨੁਕਸਾਨ ਹੋਣ ਬਚ ਗਿਆ ਜਦੋਂ ਜਿਸ ਸਮੇਂ ਜਹਾਜ਼ ਬੰਗਲਾਦੇਸ਼ ਦੇ ਚਟਕਾਓ ਤੋਂ ਸੰਯੁਕਤ ਅਰਬ ਅਮੀਰਾਤ ਨੂੰ ਜਾਣ ਲਈ ਉਡਾਣ ਭਰ ਰਹੀ ਸੀ ਰਸਤੇ ਵਿੱਚ ਚਾਨਕੀ ਭਾਰਤੀ ਹਵਾ ਬਸ ਰੈਗੂਲੇਟਰ ਅਥਾਰਟੀ ਦੇ ਸੀਨੀਅਰ ਅਧਿਕਾਰੀ ਨੂੰ ਜਹਾਜ਼ ਦੇ ਚਾਲਕਾਂ ਵੱਲੋਂ ਇੰਜਣ ਵਿੱਚ ਆਈ ਖਰਾਬੀ ਦੇ ਬਾਰੇ ਦੱਸਿਆ ਗਿਆ ਉਸ ਸਮੇਂ ਹੀ ਇਹਨਾਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇੰਜਣ ਖਰਾਬ ਹੋ ਗਿਆ ਹੈ ਜਿੱਥੇ ਉਹਨਾਂ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੀ ਜਾਂਚ ਡੀਜੀਸੀਏ ਨੂੰ ਕਰਨ ਦੇ ਆਦੇਸ਼ ਦਿੱਤੇ ਗਏ ਜਿਸ ਵੱਲੋਂ ਜਾਂਚ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਂਦੇ ਆਦੇਸ਼ ਦਿੱਤੇ ਗਏ ਜਿੱਥੇ ਚਾਲਕ ਦਲ ਨੂੰ ਇਸ ਦਾ ਪਤਾ ਲੱਗਣ ਨੂੰ ਪ੍ਰੰਤ ਉਹਨਾਂ ਵੱਲੋਂ ਐਮਰਜੈਂਸੀ ਕਾਲ ਕੀਤੇ ਗਏ ਉਥੇ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਨੂੰ ਸਮਝਦੇ ਹੋਏ ਤੁਰੰਤ ਹੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਅੰਮਦਾਬਾਦ ਹਵਾਈ ਅੱਡੇ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਜਿਸ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਇਸ ਦੀ ਲੈਂਡਿੰਗ ਕਰਵਾਈ ਗਈ ਤੇ ਸਾਰੇ ਚਾਲਕ ਦਲ ਦੇ ਮੈਂਬਰ ਤੇ ਰਾਤਰੀ ਸੁਰੱਖਿਆਤਾਲ ਨੂੰ ਉੱਥੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ খবর অন্তানি তো বহু ধন্যবাদ